ਪਿਛਲੇ ਦਿਨੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੇ ਮੰਡੀ ਦੀ ਮੌਜੂਦਾ MP ਕੰਗਨਾ ਰਣੌਤ ਨੂੰ ਇੱਕ ਲੇਡੀ ਕਾਂਸਟੇਬਲ ਵੱਲੋਂ ਥੱਪੜ ਮਾਰੇ ਜਾਣੇ ਦੀ ਘਟਨਾ ਤੇ ਕਿਸਾਨ ਯੂਨੀਅਨ ਦਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜੱਗੀ ਕਰਾਲਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਥੱਪੜ ਲੱਗਣਾ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਹੈ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ, ਤੇ ਅਸੀਂ ਇਸ ਲੜਕੀ ਨਾਲ ਬਿਲਕੁਲ ਖੜੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਦਾ ਟਕਾਉਂਦਾ, ਜ਼ਿਲ੍ਹਾ ਪ੍ਰਧਾਨ ਮੋਹਾਲੀ ਤੋਂ। ਕੱਲ੍ਹ ਦੀ ਉਹ ਕੰਗਣਾ ਰਣੌਤ ਨਾਲ ਹੋਈ ਹੈ ਘਟਨਾ, ਅਤੇ ਪਹਿਲਾਂ ਕੰਗਣਾ ਰਣੌਤ ਆਪਾਂ ਦੇਖਿਆ ਹੀ ਹੈ ਕਿਸਾਨ ਅੰਦੋਲਨ ਦੇ ਦੌਰਾਨ ਉਹ ਕੇ ਕਿਹਾ ਬਿਆਨਬਾਜ਼ੀ ਦੀ, ਸਾਡੀਆਂ ਮਾਵਾਂ ਭੈਣਾਂ ਨੂੰ ਗਲਤ ਬੋਲੀ ਗਈ ਹੈ, 100-100 ਰੁਪਏ ਦੇ ਦਿਹਾੜੀ 'ਤੇ ਆ ਜਾਂਦੀ ਹੈ, ਅਤੇ ਹੋਰ ਵੀ ਸਾਨੂੰ ਖਾਲਿਸਤਾਨੀ, ਅੱਕਵਾਦੀ, ਪੱਖਵਾਦੀ ਬਹੁਤ ਕੁਝ ਦੱਸਿਆ। ਕੱਲ੍ਹ ਵੀ ਜੋ ਉੱਥੇ ਗਏ ਅਧਿਕਾਰੀਆਂ ਨੇ ਦੱਸਿਆ, ਉਹ ਪਹਿਲਾਂ ਇੱਕ ਹੀ ਪਹਿਲਾਂ ਕੋਂਸਟੇਬਲ ਕੀ ਡਿਊਟੀ ਲੱਗੀ ਵੀ ਸੀ ਉੱਥੇ, ਉਹਨੇ ਆਪਣਾ ਸਮਾਨ ਚੈੱਕ ਕਰਾਉਣ ਤੋਂ ਨਾ ਕੀਤੀ ਅਤੇ ਉਹਨੂੰ ਗਲਤ ਬੋਲੀ, ਉਸ ਤੋਂ ਬਾਅਦ ਇੱਕ ਥੱਪੜ ਜੜਿਆ ਗਏ ਆ, ਅਤੇ ਉਹਨੇ ਉਹਦੇ ਕਿਸਾਨ ਅੰਦੋਲਨ ਦਾ ਵੀ ਵੇਰਵਾ ਪਾਇਆ ਵਿੱਚ, ਅਤੇ ਸਮੂਹ ਕਿਸਾਨ ਜਥੇਬੰਦੀਆਂ ਇਸ ਬੀਬੀ ਕੇ ਸਮਰਥਨ ਮਾ ਆ ਗਈਆਂ, ਸਾਡੀ ਭੈਣ ਹੈ, ਬਹੁਤ ਵਧੀਆ ਕੰਮ ਕਰਿਆ। ਜੋ ਵੀ ਕੋਈ BJP ਦਾ ਨੇਤਾ ਗੰਦੀ ਰਾਜਨੀਤੀ ਕਰੂਗਾ ਜਾਂ ਕੋਈ ਭੜਕਾਊ ਭਾਸ਼ਣ ਦੇਊਗਾ, ਉਹ ਕੀ ਗੱਲ, ਅਜਿਹਾ ਹੋਣਾ ਚਾਹੀਦਾ, ਜ਼ਰੂਰੀ ਹੈ, ਤਾਂ ਕਿ ਉਹ ਲੋਕਾਂ ਨੂੰ ਨਾ ਭੜਕਾਵੇ, ਨਾ ਗਲਤ ਬਿਆਨਬਾਜ਼ੀ ਕਰੇ। ਅਜਿਹਾ ਹੋਣਾ ਜ਼ਰੂਰੀ ਹੈ BJP ਕੇ, ਖਾਸ ਕਰ BJP ਕੇ, ਜੋ ਕਿ ਧਰਮ ਕੀ ਗੰਦੀ ਰਾਜਨੀਤੀ ਖੇਡ ਰਹੇ ਹੈ। ਪਹਿਲਾਂ ਆਹ UP ਦੇ ਵਿੱਚ ਇਹਨਾਂ ਕਿ ਧਰਮ ਕੇ ਨਾਂ ਪਰ ਵੋਟਾਂ ਪਵਾਈਆਂ, ਉਸ ਵਕਤ ਬਾਬਰੀ ਮਸਜਿਦ ਢਾਈ ਗਈ, ਜਦਕਿ ਰਾਮ ਮੰਦਰ ਜਿੱਥੇ ਮਸਜਿਦ ਢਾਈ ਹੈ ਉੱਥੇ ਬਹੁਤ ਦੂਰ ਬਣਾਏ ਗਏ ਹੈ, ਜੇ ਦੂਰੇ ਬਣਾਉਣਾ ਤਾਂ ਫਿਰ ਮਸਜਿਦ ਕਿਉਂ ਢਾਈ ਗਈ ਹੈ। ਸੋ ਲੋਕਾਂ ਨੂੰ ਜਾਗਰੂਕ ਹੋਣਾ ਬਣਦਾ ਆ, ਅਤੇ ਅਸੀਂ ਸ਼ਾਬਾਸ਼ੀ ਦਿੰਦੇ ਹਾਂ ਅਤੇ ਉਹ ਕੇ ਹੱਕ ਕੇ ਵਿੱਚ ਖੜ੍ਹਦੇ ਹਾਂ। ਸਾਡੇ ਪ੍ਰਧਾਨ ਜੀ ਵੀ ਗੱਲ ਵੀਡੀਓ ਆ ਗਈ, ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਹਾਂ ਕਾ ਨਾਰਾ ਮਾਰਦੇ ਹਾਂ, ਸਰਕਾਰ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਉਸ ਬੀਬੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਜੇ ਕੋਈ ਕਾਰਵਾਈ ਕਰਦੇ ਹਾਂ ਸਰਕਾਰ, ਤਾਂ ਸੰਯੁਕਤ ਕਿਸਾਨ ਮੋਰਚਾ ਉਹ ਕੀ ਪਿੱਠ ਪਾ ਖੜਿਆ ਜਾ, ਭਾਵੇਂ ਸਾਨੂੰ ਧਰਨਾ ਲਾਉਣਾ ਪਵੇ, ਸਾਨੂੰ ਸੰਘਰਸ਼ ਕਰਨਾ ਪਵੇ, ਅਸੀਂ ਉਹਦੇ ਨਾਲ ਹਾਂ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड DTH स्मार्ट सेटअप बॉक्स, सभी OTT प्लेटफॉर्म, 24 घंटे लाइव देखिए हमारे सोशल मीडिया पेजेस पर। आपके निगम के पार्षद आपके लिए साबित हुए हीरो या फिर निकले जीरो, आपके क्षेत्र में किया काम या फिर अपना नाम यूं ही किया बदनाम, आपकी भी सुनी या फिर की अपने ही मन की बात, ये सब मुद्दे उठाएंगे हम ताकि आप सुन सकें सही उम्मीदवार जो करे आपके हित की बात, हमारे खास कार्यक्रम लेखा जोखा में। तो अब वोट डालने से पहले ना खाएं धोखा, मांगिए अपने नेता से हिसाब और जानिए क्या है लेखा जोखा।